ਕਿ ਸਾਰਾ ਪਹਿਲਾਂ ਪ੍ਰੈਜ਼ਾਈਡਿੰਗ ਆਫਿਸਰ ਦਾ ਬਿਮਾਰ ਹੋਣਾ, ਉਸ ਤੋਂ ਬਾਅਦ ਫਿਰ ਅਚਾਨਕ ਹੀ ਵੋਟਾਂ ਦਾ ਐਲਾਨ ਹੋਣਾ, ਅਤੇ ਉਸ ਤੋਂ ਬਾਅਦ ਸਰਿਆਮ ਵੀਡੀਓ ਕੈਮਰੇ ਦੇ ਵਿੱਚ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਵੋਟਾਂ ਕੈਂਸਲ ਕੀਤੀਆਂ ਗਈਆਂ। ਸੁਪਰੀਮ ਕੋਰਟ ਦਾ ਇਹੀ ਗੱਲ ਕਹਿਣਾ ਕਿ ਚੰਡੀਗੜ੍ਹ ਮੇਅਰ ਪੋਲ ਦੇ ਵਿੱਚ ਜੋ ਹੋਇਆ ਉਹ ਸਾਡੇ ਲੋਕਤੰਤਰ ਦਾ ਕਤਲ ਸੀਗਾ। ਸੁਪਰੀਮ ਕੋਰਟ ਨੇ ਵੀਡੀਓ ਦੇਖਦੇ ਹੋਏ ਇਹ ਵੀ ਕਹੀ ਹੈ ਕਿ ਜਿਹੜਾ ਪ੍ਰੈਜ਼ਾਈਡਿੰਗ ਆਫਿਸਰ ਹੈ ਉਹ ਸਰਿਆਮ ਬੈਲਟਸ ਨੂੰ ਡਿਫੇਸ ਕਰ ਰਿਹਾ, ਖਰਾਬ ਕਰ ਰਿਹਾ। ਹੁਣ ਸਵਾਲ ਇਹ ਹੈ ਕਿ ਜਿਹੜਾ ਪ੍ਰੈਜ਼ਾਈਡਿੰਗ ਆਫਿਸਰ ਸੀ ਜੀ ਦੇ ਖਿਲਾਫ ਇਹ ਟਿੱਪਣੀਆਂ ਹੋਈਆਂ, ਉਹ ਬੀਜੇਪੀ ਦਾ ਆਫਿਸ ਬੇਅਰ ਵੀ ਸੀਗਾ, ਐਕਟਿਵ ਮੈਂਬਰ ਵੀ ਸੀਗਾ, ਅਤੇ ਉਹ ਇੰਡੀਪੈਂਡੈਂਟਲੀ ਤਾਂ ਸਾਰਾ ਕੁਝ ਕਰ ਨਹੀਂ ਰਿਹਾ ਸੀਗਾ, ਉਹ ਤਾਂ ਐਕਟ ਕਰ ਰਿਹਾ ਸੀਗਾ ਔਨ ਦੀ ਇੰਸਟਰਕਸ਼ਨਸ ਆਫ ਭਾਰਤੀ ਜਨਤਾ ਪਾਰਟੀ। ਬੀਜੇਪੀ ਵੀ ਕਹਿ ਰਹੀ ਹੈ ਕਿ ਕਾਂਗਰਸ ਵਾਲੇ ਇਹ ਨਾ ਸੋਚਣ ਕਿ ਜੇ ਪੁਰਾਣੇ ਲੀਡਰ ਵਾਪਸ ਚਲੇ ਗਏ ਤਾਂ ਬਹੁਤ ਮਜ਼ਬੂਤ ਹੋ ਜਾਏਗੀ, ਜਿਹੜੇ ਗਏ ਨੇ ਉੱਥੇ ਜਾ ਕੇ ਪਛਤਾ ਰਹੇ ਨੇ, ਮੁੜ ਤੋਂ ਜਿਹੜੀ ਆ ਹੋਰ ਬੰਦੇ ਜਿਹੜਾ ਨੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ। ਭਾਜਪਾ ਦਾ ਕੀ ਆਧਾਰ ਹੈ ਜੀ? 1.5 MLA ਅਤੇ ਜਿਹੜਾ ਇਹਨਾਂ ਦਾ ਸੂਨ ਟੂ ਬੀ ਐਲਾਏ ਹੈਗਾ, ਬੜੇ ਆਸਾਰ ਬੰਦੇ ਨਜ਼ਰ ਆ ਰਹੇ ਹੈ, ਉਹਦੇ ਕੋਲ 2.5 MLA ਹੈ। ਸਵਾਲ ਇਹਨਾਂ 'ਚ ਇਹ ਚੱਲਦਾ ਰਹਿੰਦਾ ਹੈ, ਚਰਚਾ ਇਹ ਚੱਲਦੀ ਰਹਿੰਦੀ ਹੈ ਵੀ ਡਬਲ ਇੰਜਨ ਦਾ ਮੋਹਰਲਾ ਇੰਜਨ ਕੌਣ ਬਣੂਗਾ। ਬੀਜੇਪੀ ਕਹਿੰਦੀ ਅਸੀਂ ਬਣਾਂਗੇ ਸਾਡੇ ਕੋਲ 1.5 MLA, ਸ਼੍ਰੋਮਣੀ ਅਕਾਲੀ ਦਲ ਕਹਿੰਦਾ ਅਸੀਂ ਬਣਾਂਗੇ ਸਾਡੇ ਕੋਲ 2.5 MLA। ਸਾਡੇ ਲੋਕਤੰਤਰ ਨੂੰ ਖਤਮ ਕਰ ਦੇਣਾ ਚਾਹੁੰਦੀ ਹੈ, ਉਜਾੜ ਦੇਣਾ ਚਾਹੁੰਦੀ ਹੈ, ਆਫ ਦਾ ਬੀਜੇਪੀ, ਫੋਰ ਦਾ ਬੀਜੇਪੀ, ਬਾਏ ਦਾ ਬੀਜੇਪੀ ਬਣਾਉਣਾ ਚਾਹੁੰਦੀ ਹੈ। ਦੇਸ਼ ਦੀ ਅਸੀਂ ਕੋਈ ਆਪੋਜੀਸ਼ਨ ਪਾਰਟੀ ਨਹੀਂ ਜਿਹਦੇ ਲੀਡਰ ਦੇ ਖਿਲਾਫ ਇਹਨਾਂ ਨੇ ਕੇਸ ਨਾ ਦਰਜ ਕੀਤਾ ਹੋਵੇ ਜਸਟ ਬਿਫੋਰ ਇਲੈਕਸ਼ਨ, ਅਸੈਂਬਲੀ ਵੀ ਅਤੇ ਲੋਕ ਸਭਾ ਵੀ। ਸੋ ਹੁਣ ਦਿੱਲੀ ਦੇ ਵਿੱਚ ਵੀ ਇਹੀ ਰੌਲਾ ਚੱਲਿਆ, ਨਾ ਤਾਂ ਨਾਮਜਨਤਕ ਕੀਤੇ ਜਾਂਦੇ ਨੇ ਕਿਹੜਾ ਖਰੀਦ ਰਿਹਾ, ਅਤੇ ਨਾ ਉਹ ਲੋਕਾਂ ਦੇ ਨਾਮਜਨਤਕ ਕੀਤੇ ਜਾ ਰਹੇ ਨੇ ਜਿਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਅੱਜ ਇਸ ਪੂਰੇ ਮਾਮਲੇ ਨੂੰ ਲੈ ਕੇ ED ਦੇ ਸੰਮਣ ਵੀ ਆਉਣੇ ਸ਼ੁਰੂ। ਜਦੋਂ ਕਾਂਡ ਭਾਰਤੀ ਜਨਤਾ ਪਾਰਟੀ ਐਡੇ ਕਰਦੀ ਹੈ, ਲੋਕਤੰਤਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੀ ਹੈ, ਅਤੇ ਟਿੱਪਣੀਆਂ ਤਾਂ ਆਉਣਗੀਆਂ, ਐਕਸ਼ਨ ਵੀ ਆਊਗਾ, ਅਤੇ ਦੇਸ਼ ਭਾਰਤੀ ਜਨਤਾ ਪਾਰਟੀ ਨੂੰ ਮੁਕਤ ਵੀ ਕਰੂਗਾ ਇਹਦੇ ਬੇਸਿਸ ਤੇ। ਸਤਿ ਸ਼੍ਰੀ ਅਕਾਲ, ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ, ਅਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ। ਮੇਅਰ ਚੋਣਾਂ ਨੂੰ ਲੈ ਕੇ ਛਿੜਿਆ ਹੋਇਆ ਘਮਾਸਾਨ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਬੇਸ਼ੱਕ ਮਾਮਲਾ ਸੁਪਰੀਮ ਕੋਰਟ ਪਹੁੰਚ ਚੁੱਕਾ ਹੈ, ਸੁਪਰੀਮ ਕੋਰਟ ਦੇ ਵੱਲੋਂ ਪ੍ਰੈਜ਼ਾਈਡਿੰਗ ਆਫਿਸਰ ਨੂੰ ਝਾੜ ਝਾਂਬੀ ਕੀਤੀ ਗਈ ਹੈ, ਅਤੇ ਅੱਜ ਇਸੇ ਪੂਰੇ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਅਰਸ਼ਪ੍ਰੀਤ ਖੜਿਆਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ, ਮੇਰੇ ਨਾਲ ਮੌਜੂਦ ਨੇ ਅਰਸ਼ਪ੍ਰੀਤ ਸਿੰਘ ਖੜਿਆਲ। ਖੜਿਆਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਸੋ ਮਚ ਜੀ, ਥੈਂਕ ਯੂ। ਤੁਹਾਡੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪੂਰੇ ਦੇ ਪੂਰੇ ਮਾਮਲੇ ਨੂੰ ਲੈ ਕੇ, ਜਿਹੜੀ ਹੁਣ ਬੀਤੇ ਦਿਨੀ ਝਾੜ ਝੰਬ ਹੋਈ ਹੈ ਸੁਪਰੀਮ ਕੋਰਟ ਦੇ ਵੱਲੋਂ ਪ੍ਰੈਜ਼ਾਈਡਿੰਗ ਆਫਿਸਰ ਦੀ, ਕਿਵੇਂ ਦੇਖਦੇ ਹੋ ਕਿ ਸਾਰਾ ਪਹਿਲਾਂ ਪ੍ਰੈਜ਼ਾਈਡਿੰਗ ਆਫਿਸਰ ਦਾ ਬਿਮਾਰ ਹੋਣਾ, ਉਸ ਤੋਂ ਬਾਅਦ ਫਿਰ ਅਚਾਨਕ ਹੀ ਵੋਟਾਂ ਦਾ ਐਲਾਨ ਹੋਣਾ, ਅਤੇ ਉਸ ਤੋਂ ਬਾਅਦ ਸਰਿਆਮ ਵੀਡੀਓ ਕੈਮਰੇ ਦੇ ਵਿੱਚ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਵੋਟਾਂ ਕੈਂਸਲ ਕੀਤੀਆਂ ਗਈਆਂ ਨੇ? ਦੇਖੋ, ਪਹਿਲਾਂ ਤਾਂ ਸੁਪਰੀਮ ਕੋਰਟ ਦਾ ਇਹੀ ਗੱਲ ਕਹਿਣਾ ਕਿ ਚੰਡੀਗੜ੍ਹ ਮੇਅਰ ਪੋਲ ਦੇ ਵਿੱਚ ਜੋ ਹੋਇਆ ਉਹ ਸਾਡੇ ਲੋਕਤੰਤਰ ਦਾ ਕਤਲ ਸੀਗਾ, ਸਾਰੀ ਇਮੇਜ, ਸਾਰੀ ਸਿਚੁਏਸ਼ਨ ਨੂੰ ਬੜਾ ਕਲੀਅਰ ਕਰ ਦਿੰਦਾ ਹੈ। ਦੂਜੀ ਗੱਲ, ਸੁਪਰੀਮ ਕੋਰਟ ਨੇ ਵੀਡੀਓ ਦੇਖਦੇ ਹੋਏ ਇਹ ਵੀ ਕਹੀ ਹੈ ਕਿ ਜਿਹੜਾ ਪ੍ਰੈਜ਼ਾਈਡਿੰਗ ਆਫਿਸਰ ਹੈ ਉਹ ਸ਼ਰੇਆਮ ਬੈਲਟਸ ਨੂੰ ਡਿਫੇਸ ਕਰ ਰਿਹਾ, ਖਰਾਬ ਕਰ ਰਿਹਾ, ਜਿਹਦੇ ਬੇਸਿਸ 'ਤੇ ਉਹਨੇ ਸਾਡੀਆਂ ਵੋਟਾਂ ਇਨਵੈਲੀਡੇਟ ਕੀਤੀਆਂ। ਤੀਜੀ ਗੱਲ, ਸੁਪਰੀਮ ਕੋਰਟ ਨੇ ਫਟਕਾਰ ਲਾਉਂਦੇ ਹੋਏ ਇਹ ਵੀ ਕਹੀ ਹੈ ਵੀ ਸਾਨੂੰ ਬੜਾ ਅਫਸੋਸ ਹੋਇਆ ਕਿ ਸਾਡੀ ਇਲੈਕਸ਼ਨ ਪ੍ਰੋਸੈਸ ਜਿਹੜੀ ਹੈ, ਜਿਹੜੀ ਸਾਡੇ ਦੇਸ਼ ਦੀ ਸਟੇਬਿਲਿਟੀ ਫੋਰਸ ਹੈ, ਸਾਡੇ ਦੇਸ਼ ਨੂੰ ਸਟੇਬਲ ਰੱਖਦੀ ਹੈ, ਉਹਨੂੰ ਪ੍ਰੈਜ਼ਾਈਡਿੰਗ ਆਫਿਸਰ ਇਹ ਐਂ ਕੰਡਕਟ ਕਰ ਰਿਹਾ, ਇਹ ਵਿਵਹਾਰ ਹੈ ਉਹਦਾ, ਅਤੇ ਉਹਨੂੰ ਫਟਕਾਰ ਲੱਗੀ ਹੈ ਵੀ ਜਿਹੜੀ ਆਪਣਾ ਪ੍ਰੈਜ਼ਾਈਡਿੰਗ ਆਫਿਸਰ ਹੈ ਉਹਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਉਹਨੂੰ ਪ੍ਰੋਸੀਕਿਊਟ ਕੀਤਾ ਜਾਣਾ ਚਾਹੀਦਾ, ਅਤੇ ਅਗਲੀ ਤਰੀਕ 'ਤੇ ਉਹਨੂੰ ਪੇਸ਼ ਹੋਣਾ ਪੈਣਾ। ਦੂਜੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਨੇ ਨਾਲ ਇਹ ਵੀ ਗੱਲ ਕਹੀ ਹੈ ਕਿ ਅਸੀਂ ਸਾਰਾ ਕੁਝ ਦੇਖ ਰਹੇ ਹਾਂ, ਲੋਕਤੰਤਰ ਦਾ ਕਤਲ ਨਹੀਂ ਹੋਣ ਦੇਵਾਂਗੇ। ਐਟ ਦ ਸੇਮ ਟਾਈਮ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਵੀ ਜਾਰੀ ਕੀਤੀ ਹੈ ਵੀ ਜਿਹੜਾ ਰਿਕਾਰਡ ਹੈ ਬੈਲਟਸ ਵੋਟਾਂ ਉਹ ਸਾਰਾ ਕੁਝ ਪ੍ਰਿਜ਼ਰਵ ਕਰ ਲਿਆ ਜਾਵੇ, ਅਤੇ ਜਿਹੜੀ ਮੀਟਿੰਗ ਸੀਗੀ ਚੰਡੀਗੜ੍ਹ ਮਿਊਂਸੀਪਲ ਕੋਆਪਰੇਸ਼ਨ ਦੀ ਉਹਨੂੰ ਡੈਫਰ ਕਰਤਾ, ਡਿਲੇਅ ਕਰ ਦਿੱਤਾ ਗਿਆ, ਪੋਸਟਪੋਨ ਕੀਤਾ ਉਹਨੂੰ। ਹੁਣ ਸਵਾਲ ਇਹ ਹੈ ਕਿ ਜਿਹੜਾ ਪ੍ਰੈਜ਼ਾਈਡਿੰਗ ਆਫਿਸਰ ਸੀ ਜੀ ਦੇ ਖਿਲਾਫ਼ ਇਹ ਟਿੱਪਣੀਆਂ ਹੋਈਆਂ, ਉਹ ਬੀਜੇਪੀ ਦਾ ਆਫਿਸ ਬੇਅਰ ਵੀ ਸੀਗਾ, ਐਕਟਿਵ ਮੈਂਬਰ ਵੀ ਸੀਗਾ,
ਤੇ ਉਹ ਇੰਡੀਪੈਂਡੈਂਟਲੀ ਤਾਂ ਸਾਰਾ ਕੁਝ ਕਰ ਨਹੀਂ ਰਿਹਾ ਸੀਗਾ, ਉਹ ਤਾਂ ਐਕਟ ਕਰ ਰਿਹਾ ਸੀਗਾ ਔਨ ਦੀ ਇਨਸਟਰਕਸ਼ਨਸ ਆਫ ਭਾਰਤੀ ਜਨਤਾ ਪਾਰਟੀ, ਤੇ ਬੀਜੇਪੀ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਤੇ ਜਦੋਂ ਮੇਅਰ ਪੋਲ ਵਰਗੇ ਇਲੈਕਸ਼ਨ ਦੇ ਵਿੱਚ ਇਹ ਇੰਨਾ ਕੁਝ ਕਰ ਸਕਦੇ ਹੈ ਤਾਂ ਅਸੈਂਬਲੀ ਇਲੈਕਸ਼ਨ, ਲੋਕ ਸਭਾ ਇਲੈਕਸ਼ਨ ਦੇ ਵਿੱਚ ਕੀ ਕਰ ਸਕਦੇ ਹੋ ਉਹਦਾ ਤੁਸੀਂ ਹਿਸਾਬ ਲਾ ਸਕਦੇ ਹੋ। ਕੱਲ ਸੁਪਰੀਮ ਕੋਰਟ ਦੇ ਵਿੱਚ ਜਦੋਂ ਇਹ ਟਿੱਪਣੀਆਂ ਆਈਆਂ ਤੇ ਸਾਰੇ ਦੇਸ਼ ਨੂੰ ਯਕੀਨ ਹੋ ਗਿਆ ਕਿ ਬੀਜੇਪੀ ਸਾਡੇ ਲੋਕਤੰਤਰ ਲਈ ਖਤਰਾ ਬਣ ਚੁੱਕੀ ਹੈ, ਸਾਡੇ ਲੋਕਤੰਤਰ ਨੂੰ ਖਤਮ ਕਰ ਦੇਣਾ ਚਾਹੁੰਦੀ ਹੈ, ਉਜਾੜ ਦੇਣਾ ਚਾਹੁੰਦੀ ਹੈ, ਆਫ ਦਾ ਬੀਜੇਪੀ ਫੋਰ ਦਾ ਬੀਜੇਪੀ ਬਾਏ ਦਾ ਬੀਜੇਪੀ ਬਣਾਉਣਾ ਚਾਹੁੰਦੀ ਹੈ। ਦੂਜਾ ਇਹ ਹੈ ਕਿ ਇਹਨਾਂ ਇਹ ਤੋਂ ਪਹਿਲਾਂ ਇਹਨਾਂ ਨੇ ਆਪਰੇਸ਼ਨ ਲੋਟਸ ਵੀ ਕੀਤੇ, ਮਹਾਰਾਸ਼ਟਰ 'ਚ ਕੀਤਾ, ਗੋਆ 'ਚ ਕੀਤਾ, ਮਣੀਪੁਰ 'ਚ ਕੀਤਾ, AP 'ਚ ਕੀਤਾ, MP 'ਚ ਕੀਤਾ, ਹੋਰ ਸੂਬਿਆਂ 'ਚ ਕੀਤਾ। ED ਰਾਹੀਂ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਇਨਫੋਰਸਮੈਂਟ ਆਫ ਡਿਕਟੇਟਰਸ਼ਿਪ ਬਣਾ ਲੈਂਦੇ ਆ ਇਹ, ITED CBI ਦੁਆਰਾ ਕੈਂਪੇਨ ਕਰਨ ਲੱਗ ਜਾਂਦੇ ਆ ਇਲੈਕਸ਼ਨ ਤੋਂ ਪਹਿਲਾਂ। ਦੇਸ਼ ਦੀ ਅਸੀਂ ਕੋਈ ਆਪੋਜੀਸ਼ਨ ਪਾਰਟੀ ਨਹੀਂ ਜਿਹਦੇ ਲੀਡਰ ਦੇ ਖਿਲਾਫ ਇਹਨਾਂ ਨੇ ਕੇਸ ਨਾ ਦਰਜ ਕੀਤਾ ਹੋਵੇ ਜਸਟ ਬਿਫੋਰ ਇਲੈਕਸ਼ਨਸ, ਅਸੈਂਬਲੀ ਵੀ ਅਤੇ ਲੋਕ ਸਭਾ ਵੀ। ਅਤੇ ਤੀਜਾ ਦੇਖ ਲਿਆ ਆਪਾਂ ਚੰਡੀਗੜ੍ਹ ਮੇਅਰ ਪੋਲ ਦੇ ਵਿੱਚ ਜੋ ਹੋਇਆ। ਸੋ ਇਹ ਤੋਂ ਇੱਕ ਹਿਸਾਬ ਤੁਸੀਂ ਲਾ ਸਕਦੇ ਹੋ ਕਿ ਭਾਰਤੀ ਜਨਤਾ ਪਾਰਟੀ ਸਾਡੇ ਦੇਸ਼ ਲਈ, ਸਾਡੇ ਦੇਸ਼ ਦੇ ਲੋਕਤੰਤਰ ਲਈ, ਸਾਡੇ ਦੇਸ਼ ਦੇ ਸੰਵਿਧਾਨ ਲਈ ਖਤਰਾ ਹੈ। ਅਤੇ ਜਿਵੇਂ ਹਿਮਾਚਲ, ਕਰਨਾਟਕਾ, ਤੇਲੰਗਾਨਾ 'ਚ ਇਹਨਾਂ ਨੂੰ ਮੁਕਤ ਕੀਤਾ ਹੈ, ਹੁਣ ਦੇਸ਼ 'ਚ ਵੀ ਮੁਕਤ ਕਰਾਂਗੇ। ਤੁਸੀਂ ਕਿਹਾ ਕਿ ਆਪਰੇਸ਼ਨ ਲੋਟਸ ਚਲਾਉਂਦੀ ਹੈ, ਸੋ ਅੱਜ ਤੋਂ 2 ਸਾਲ ਪਹਿਲਾਂ ਪੰਜਾਬ ਦੇ ਵਿੱਚ ਵੀ ਕਾਫੀ ਹਵਾ ਉੜੀ ਸੀ ਕਿ ਆਪਰੇਸ਼ਨ ਲੋਟਸ ਆ ਰਿਹਾ, 25-25 ਕਰੋੜ ਰੁਪਇਆ ਦਿੱਤਾ ਜਾ ਰਿਹਾ, ਅਸੀਂ ਬਹੁਤ ਜਲਦ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਦਾ ਨਾਮ ਜਨਤਕ ਕਰਾਂਗੇ। ਸੋ ਹੁਣ ਦਿੱਲੀ ਦੇ ਵਿੱਚ ਵੀ ਇਹੀ ਰੌਲਾ ਚੱਲਿਆ, ਨਾ ਤਾਂ ਨਾਮ ਜਨਤਕ ਕੀਤੇ ਜਾਂਦੇ ਨੇ ਕਿਹੜਾ ਖਰੀਦ ਰਿਹਾ, ਅਤੇ ਨਾ ਉਹ ਲੋਕਾਂ ਦੇ ਨਾਮ ਜਨਤਕ ਕੀਤੇ ਜਾ ਰਹੇ ਨੇ ਜਿਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਅੱਜ ਇਸ ਪੂਰੇ ਮਾਮਲੇ ਨੂੰ ਲੈ ਕੇ ED ਦੇ ਸੰਮਣ ਵੀ ਆਉਣੇ ਸ਼ੁਰੂ ਹੋ ਗਏ। ਦੇਖੋ, ਉਹ ਤਾਂ ਤੁਸੀਂ ਆਮ ਆਦਮੀ ਪਾਰਟੀ ਨੂੰ ਪੁੱਛੋ ਵੀ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸਾਡੀ ਨੇ, ਉਹ ਆਮ ਆਦਮੀ ਪਾਰਟੀ ਦੀ ਹੈ, ਉਹਦਾ ਜਵਾਬ ਆਮ ਆਦਮੀ ਪਾਰਟੀ ਦੇ ਸਕਦੀ ਹੈ, ਆਮ ਆਦਮੀ ਪਾਰਟੀ ਦੇ ਲੀਡਰ ਦੇ ਸਕਦੇ ਆ। ਮੈਂ ਤੁਹਾਨੂੰ ਇੰਨੀ ਗੱਲ ਕਹੂੰਗਾ ਕਿ ਭਾਰਤੀ ਜਨਤਾ ਪਾਰਟੀ ਦਾ ਚਿਹਰਾ, ਜਿਹੜਾ ਅਸਲ ਚਿਹਰਾ, ਉਹ ਦੇਸ਼ ਮੂਹਰੇ ਆ ਗਿਆ। ਸੁਪਰੀਮ ਕੋਰਟ ਦੀਆਂ ਟਿੱਪਣੀਆਂ ਜਿਹੜੀਆਂ ਬਹੁਤ ਸਖਤ ਹੈ, ਬਹੁਤ ਸਟ੍ਰਿੰਜੈਂਟ ਅਤੇ ਸਟ੍ਰਿਕਟ ਹੈ, ਬਹੁਤ ਰੇਅਰਲੀ ਤੁਸੀਂ ਦੇਖੋਗੇ ਇਹ ਜਿਹੀਆਂ ਟਿੱਪਣੀਆਂ ਆਉਂਦੇ ਹੋਏ। ਹੁਣ ਜਦੋਂ ਕਾਂਡ ਭਾਰਤੀ ਜਨਤਾ ਪਾਰਟੀ ਐਡੇ ਐਡੇ ਕਰਦੀ ਹੈ, ਲੋਕਤੰਤਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੀ ਹੈ, ਤਾਂ ਟਿੱਪਣੀਆਂ ਤਾਂ ਆਉਣਗੀਆਂ, ਐਕਸ਼ਨ ਵੀ ਆਊਗਾ, ਅਤੇ ਦੇਸ਼ ਭਾਰਤੀ ਜਨਤਾ ਪਾਰਟੀ ਨੂੰ ਮੁਕਤ ਵੀ ਕਰੂਗਾ ਇਹਦੇ ਬੇਸਿਸ 'ਤੇ। ਖੜਿਆਲ ਜੀ, ਗੱਲਾਂ ਪਹਿਲਾਂ ਵੀ ਨਿਕਲ ਕੇ ਆ ਰਹੀਆਂ ਸੀਗੀਆਂ ਕਿ ਇੱਥੇ ਵੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਜਿਹੜਾ ਗੱਠਜੋੜ ਲੜਿਆ ਸੀ ਉਹਦੇ ਵਿੱਚ ਵੀ ਆਪਰੇਸ਼ਨ ਲੋਟਸ ਚੱਲਿਆ ਸੀ, ਕਈ MCਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਸੀ। ਸੋ ਜੇਕਰ ਹੁਣ ਮੁੜ ਤੋਂ ਆਪਰੇਸ਼ਨ ਲੋਟਸ ਜਾਂ ਫਿਰ ਮੁੜ ਤੋਂ ਮੇਅਰ ਦੀਆਂ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਹੋ ਜਾਂਦੇ ਨੇ, ਦੁਆਰਤੀ ਚੋਣਾਂ ਦਾ ਐਲਾਨ ਹੋ ਜਾਂਦਾ, ਤਾਂ ਫਿਰ ਕਿਵੇਂ ਆਪਣੇ MCਾਂ ਨੂੰ ਜਿਹੜਾ ਸੁਰੱਖਿਅਤ ਰੱਖੋ? ਦੇਖੋ, ਸਾਡੇ MC ਤਾਂ ਸੁਰੱਖਿਅਤ ਹੈ ਹੀ ਹੈ। BJP ਜਿਹੜਾ ਲੋਕਤੰਤਰ ਨੂੰ ਡੰਡਾ ਤੰਤਰ ਦੇ ਵਿੱਚ ਤਬਦੀਲ ਕਰਕੇ ਸਿਸਟਮ ਚਲਾਉਂਦੀ ਆਪਦੀ ਪਾਰਟੀ 'ਚ ਵੀ ਅਤੇ ਦੇਸ਼ 'ਚ ਵੀ, ਉਹਦੇ ਕਰਕੇ ਇਹਨਾਂ ਦੇ ਲੀਡਰਾਂ ਦਾ ਦਮ ਜ਼ਰੂਰ ਘੁੱਟਦਾ। ਤਾਂ ਹੀ ਕਰਕੇ ਪਹਿਲਾਂ ਤੁਸੀਂ ਦੇਖੇ ਕਿੰਨੇ ਫਾਰਮਰ ਡੈਪਟੀ ਸਪੀਕਰਸ, ਮਿਨਿਸਟਰਸ, ਫਾਰਮਰ MLAs ਛੱਡ ਕੇ BJP SAD ਆਮ ਆਦਮੀ ਪਾਰਟੀ ਨੂੰ ਕਾਂਗਰਸ 'ਚ ਆਏ। ਸੋ ਇਹ ਨਾ ਹੋਵੇ ਕਿ ਇਹਨਾਂ ਦੇ ਵਰਕਰ, ਕਾਊਂਸਲਰ, ਲੀਡਰ ਜੇ ਸਾਰੇ ਛੱਡ ਕੇ ਭਾਰਤੀ ਜਨਤਾ ਪਾਰਟੀ ਨੂੰ ਅਤੇ ਸਾਡੇ ਵੱਲ ਆ ਜਾਣ, ਕਿਉਂਕਿ ਉੱਧਰ ਡੰਡਾ ਤੰਤਰ ਹੈ, ਸਾਡੇ ਇੱਥੇ ਲੋਕਤੰਤਰ ਹੈ। ਦੂਜੀ ਚੀਜ਼ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਅੱਗੇ ਆ ਕੇ ਮਾਫ਼ੀ ਮੰਗਣੀ ਚਾਹੀਦੀ ਹੈ ਕਿ ਅਸੀਂ ਇੱਕ ਅਨਡੈਮੋਕ੍ਰੈਟਿਕ, ਇਲੀਗਲ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ, ਦੇਸ਼ ਤੋਂ, ਦੇਸ਼ ਦੇ ਲੋਕਾਂ ਤੋਂ ਆ ਕੇ ਅੱਗੇ ਮਾਫ਼ੀ ਮੰਗਣ। ਸੁਪਰੀਮ ਕੋਰਟ ਦੀਆਂ ਐਡੀਆਂ ਵੱਡੀਆਂ ਓਬਜ਼ਰਵੇਸ਼ਨਸ ਆ ਗਈਆਂ ਅਤੇ ਦੇ ਸ਼ੁਡ ਫੀਲ ਅਸ਼ੇਮਡ ਅਬਾਊਟ ਇਟ, ਗਲਤੀ ਕੀਤੀ ਹੈ, ਗਲਤ ਕਰਦੇ ਆਏ ਹੈ, ਉਹਨੂੰ ਦੇਅਰ ਫੋਰ ਰਿਪੈਂਟ ਕਰਨ, ਰਿਗਰੈਟ ਕਰਨ ਅਤੇ ਦੇਸ਼ ਦੇ ਅੱਗੇ ਆ ਕੇ ਮਾਫ਼ੀ ਮੰਗੇ BJP। ਜੀ, ਜਿਹੜੇ ਤੁਸੀਂ ਪੂਰੇ ਸਵਾਲ ਉਠਾਏ ਨੇ, ਇਹ ਤੋਂ ਪਹਿਲਾਂ BJP ਵੀ ਕਹਿ ਰਹੀ ਹੈ ਕਿ ਕਾਂਗਰਸ ਵਾਲੇ ਇਹ ਨਾ ਸੋਚਣ ਕਿ ਜੇ ਪੁਰਾਣੇ ਲੀਡਰ ਵਾਪਸ ਚਲੇ ਗਏ ਤਾਂ ਬਹੁਤ ਮਜ਼ਬੂਤ ਹੋ ਜਾਏਗੀ, ਜਿਹੜੇ ਗਏ ਨੇ ਉੱਥੇ ਜਾ ਕੇ ਪਛਤਾ ਰਹੇ ਨੇ, ਮੁੜ ਤੋਂ ਜਿਹੜੀ ਆ ਹੋਰ ਬੰਦੇ ਜਿਹੜਿਆਂ ਨੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ? ਦੇਖੋ, ਗੱਲ ਇਸ ਤਰ੍ਹਾਂ, ਭਾਜਪਾ ਦਾ ਕੀ ਆਧਾਰ ਹੈ ਜੀ? 1.5 MLA, ਅਤੇ ਜਿਹੜਾ ਇਹਨਾਂ ਦਾ
ਸੂਨ ਟੂ ਬੀ ਐਲ ਆਈ ਹੈਗਾ, ਬੜੇ ਆਸਾਰ ਬੰਦੇ ਨਜ਼ਰ ਆ ਰਹੇ ਹੈ, ਉਹਦੇ ਕੋਲ 2 MLA ਹੈ। ਸਵਾਲ ਇਹਨਾਂ 'ਚ ਇਹ ਚੱਲਦਾ ਰਹਿੰਦਾ ਹੈ, ਚਰਚਾ ਇਹ ਚੱਲਦੀ ਰਹਿੰਦੀ ਹੈ ਵੀ ਡਬਲ ਇੰਜਨ ਦਾ ਮੋਹਰਲਾ ਇੰਜਨ ਕੌਣ ਬਣੂਗਾ। BJP ਕਹਿੰਦੀ ਅਸੀਂ ਬਣਾਂਗੇ ਸਾਡੇ ਕੋਲ 1.5 MLA, ਸ਼੍ਰੋਮਣੀ ਅਕਾਲੀ ਦਲ ਕਹਿੰਦਾ ਅਸੀਂ ਬਣਾਂਗੇ ਸਾਡੇ ਕੋਲ 2.5 MLA। ਸੋ ਇਹਨਾਂ ਨੂੰ ਇੱਕ ਦੂਜੇ ਦੀ ਲੋੜ ਹੈ। ਲੇਕਿਨ ਤੁਸੀਂ ਗੱਲ ਕਰਦੇ ਸੀ ਡਿਫਰੈਂਸ ਇਨ ਓਪੀਨੀਅਨ ਦੀ, NDA ਨੂੰ ਨੋਨ ਡੈਮੋਕ੍ਰੈਟਿਕ ਅਲਾਇੰਸ ਨੂੰ AIADMK ਵੀ ਛੱਡ ਕੇ ਚਲਾ ਗਿਆ, ਸਮਤਾ ਪਾਰਟੀ ਵੀ ਛੱਡ ਕੇ ਚਲੀ ਗਈ, SAD ਸੰਯੁਕਤ ਤਿਆਰੀ ਕਰ ਰਿਹਾ ਅਤੇ ਹੋਰ 3-4 ਪਾਰਟੀਜ਼ ਜਿਹੜੀਆਂ ਉਹ ਤਿਆਰੀ ਕਰ ਰਹੀਆਂ ਇਹਨਾਂ ਨੂੰ ਛੱਡਣ ਦੀ। ਸੋ ਦੇਅਰਫੋਰ ਮੈਂ ਤਾਂ ਇੱਕੋ ਗੱਲ ਕਹੂੰਗਾ ਕਿ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਜਿਹੜਾ ਅੱਤਿਆਚਾਰ, ਜਿਹੜਾ ਜਿਹੜਾ ਅਨਿਆਏ ਸਾਡੇ ਨਾਲ ਕੀਤਾ, ਉਹਦਾ ਜਵਾਬ ਲੈਣ ਲਈ ਤਿਆਰੀ ਕਰ ਲੈਣਾ। ਇੰਡੀਆ ਅਲਾਇੰਸ 'ਤੇ ਆ ਜਾਂਦੇ ਹਾਂ ਕਿ ਚੰਡੀਗੜ੍ਹ ਦੇ ਵਿੱਚ ਮਿਲ ਕੇ ਚੋਣਾਂ ਲੜੀਆਂ ਗਈਆਂ ਸੀ, ਪੰਜਾਬ ਦੇ ਵਿੱਚ ਵੀ ਹਜੇ ਵੀ ਲੋਕ ਜਿਹੜੇ ਨੇ ਕਿਆ ਸਰਾਈਆਂ ਲਾ ਰਹੇ ਨੇ। ਮੁੱਖ ਮੰਤਰੀ ਕਹਿ ਰਹੇ ਨੇ ਕਿ ਆਪਾਂ 13 ਸੀਟਾਂ ਦੇ ਇਕੱਲੇ ਲੜਾਂਗੇ, ਅੱਧੀ ਕਾਂਗਰਸ ਲੀਡਰਸ਼ਿਪ ਕਹਿ ਰਹੀ ਆ ਇਕੱਲੇ ਲੜਾਂਗੇ, ਅੱਧੇ ਕਹਿ ਰਹੇ ਨੇ ਹਾਈਕਮਾਨ ਦੇ ਨਾਲ ਚੱਲਾਂਗੇ। ਸੋ ਪੰਜਾਬ 'ਚ ਸਥਿਤੀ ਜਿਹੜੀ ਆ ਉਹ ਸਾਫ਼ ਹੀ ਨਹੀਂ ਹੋ ਰਹੀ, ਜਦਕਿ ਬਿਗਲ ਕਿਸੇ ਵੀ ਸਮੇਂ ਬਚ ਸਕਦਾ। ਦੇਖੋ ਗੱਲ ਇਸ ਤਰ੍ਹਾਂ ਹੈ ਕਿ ਕਾਂਗਰਸ ਪਾਰਟੀ, ਤੁਹਾਨੂੰ ਅੱਗੇ ਵੀ ਮੈਂ ਬੜੀ ਦਫ਼ਾ ਦੱਸਿਆ, ਮੀਡੀਆ ਇੰਟਰੈਕਸ਼ਨ 'ਚ ਵੀ ਦੱਸਿਆ ਅਤੇ PC 'ਚ ਵੀ ਦੱਸਿਆ, ਸਾਡੀ ਪਾਰਟੀ ਲੋਕਤਾਂਤਰਿਕ ਪਾਰਟੀ ਹੈ, ਡੈਮੋਕਰੈਟਿਕ ਸੈਟਅਪ ਹੈ, ਸਾਡੇ ਲੀਡਰਾਂ ਕੋਲ ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈ। ਜਿੱਥੋਂ ਤੱਕ ਗੱਲ ਹੈਗੀ ਹੈ ਦੂਜੀ ਪਾਰਟੀਜ਼ ਦੀ, ਅਲਾਇੰਸਿਸ ਦੀ, ਹੋਰ ਦੀ, SAD ਦਾ ਅਲਾਇਆ ਹੈਗਾ BSP, BSP ਦੇ ਜਿਹੜੇ ਲੀਡਰ ਹੈ ਮਾਇਆਵਤੀ ਜੀ, ਉਹਨਾਂ ਨੇ ਕੀ ਕਿਹਾ ਸੀ, ਇਲੈਕਸ਼ਨ ਇਕੱਲੇ ਲੜਾਂਗੇ, ਗੱਲ ਕਹੀ ਹੈ ਨਾ। ਦੂਜੀ ਗੱਲ, ਜਿਹੜੇ NDA ਦੇ ਵਿੱਚ ਐਲਾਈਜ਼ ਹੈਗੇ ਹੈ, ਉਹਨਾਂ ਨੂੰ ਇਹ ਨਹੀਂ ਪਤਾ ਸਾਡੀ ਅਖੀਰਲੀ ਮੀਟਿੰਗ ਕਦੋਂ ਹੋਈ ਸੀਗੀ। ਤੀਜੀ ਗੱਲ, ਜਦੋਂ ਓਪੀਨੀਅਨ ਪੋਲ ਕਹਿ ਰਿਹਾ ਵੀ ਕਾਂਗਰਸ ਪਾਰਟੀ ਮੈਜੋਰਟੀ ਸੀਟਾਂ ਜਿੱਤ ਰਹੀ ਹੈ, ਸਭ ਤੋਂ ਉੱਤੇ ਸਾਨੂੰ ਦਿਖਾ ਰਿਹਾ, ਦੂਜੇ 'ਤੇ ਆਪ ਨੂੰ, ਤੀਜੇ ਚੌਥੇ 'ਤੇ SAD BJP ਨੂੰ 0-2 ਦਿਖਾ ਰਿਹਾ ਹੈ, ਦੇਅਰਫੋਰ ਕਲੀਨ ਸਵੀਪ ਹੋਣ ਜਾ ਰਿਹਾ ਆਉਣ ਵਾਲੇ ਲੋਕ ਸਭਾ ਇਲੈਕਸ਼ਨ ਦੇ ਵਿੱਚ, 13-0 ਹੋਣ ਜਾ ਰਿਹਾ। ਅਤੇ ਜਿੱਥੋਂ ਤੱਕ ਗੱਲ ਹੈਗੀ ਹੈ ਪੰਜਾਬ ਦੀ, ਨਫ਼ਰਤ ਦੀ ਦੁਕਾਨ ਨੂੰ ਪੰਜਾਬ ਦੇ ਲੋਕਾਂ ਨੇ ਪੱਕੇ ਤੌਰ 'ਤੇ ਸ਼ਟਰ ਲਾਤਾ ਹੈ, ਤਾਲਾ ਲਾਤਾ ਹੈ, ਜਲਦੀ ਕਿਤੇ ਸ਼ਟਰ ਖੁੱਲ੍ਹਣ ਨਹੀਂ ਦੇਣਾ 25-30 ਸਾਲ ਤਾਂ। ਸੋ ਜਿਹੜਾ ਤੁਹਾਡਾ ਸਵਾਲ ਸੀਗਾ ਉਹਦਾ ਜਵਾਬ ਇਹੀ ਹੈ ਕਿ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਲੋਕ ਇਹ ਡਿਕਟੇਟੋਰੀਅਲ ਅਨਡੈਮੋਕ੍ਰੈਟਿਕ ਫੋਰਸਿਸ ਨੂੰ ਜਵਾਬ ਦੇਣਗੀਆਂ ਥਰੂ ਦੇਅਰ ਵੋਟਸ। ਹਾਂ, ਜੇ ਜੋ ਇਹਨਾਂ ਨੇ ਇੱਥੇ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਜਵਾਬ ਅਸੀਂ ਕੋਰਟ 'ਚ ਦੇਵਾਂਗੇ। ਜੇਕਰ ਹੁਣ ਪੰਜਾਬ ਕਾਂਗਰਸ ਦੀ ਮੈਂ ਸਥਿਤੀ ਦੇਖੀਏ ਤਾਂ ਉਹਦੇ ਵਿੱਚ ਧੜੇਬੰਦੀਆਂ ਜੋ 2022 ਚੋਣਾਂ ਦੇ ਵਿੱਚ ਸੀ ਉਹ 2024 ਚੋਣਾਂ ਤੋਂ ਪਹਿਲਾਂ ਵੀ ਦੇਖਣ ਨੂੰ ਮਿਲਦੀਆਂ ਨੇ। ਰਾਜਾ ਵੜਿੰਗ ਜਿਨ੍ਹਾਂ ਨੂੰ ਪਾਰਟੀ 'ਚੋਂ ਕੱਢਦੇ ਨੇ, ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਹੀ ਰੈਲੀਆਂ ਕਰਦੇ ਨੇ। ਸੋ ਹੁਣ ਵਿਵਾਦ ਇੱਧਰ ਵੀ ਛਿੜਿਆ ਹੋਇਆ, ਨੌ ਬੰਦੇ ਪਹਿਲਾਂ ਜਿਹੜੇ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਪਾ ਗਏ ਨੇ ਕਿ ਇਹਨਾਂ ਨੂੰ ਪਾਰਟੀ 'ਚੋਂ ਕੱਢਿਆ ਜਾਵੇ। ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਮੈਂ ਸੱਚਾ ਸਿਪਾਹੀ ਹਾਂ। ਹੁਣ ਨਾ ਤਾਂ ਪੰਜਾਬ ਦੀ ਆਵਾਮ ਸਮਝ ਪਾ ਰਹੀ ਹੈ ਕਿ ਸੱਚਾ ਸਿਪਾਹੀ ਤਾਂ ਸੱਚਾ ਕਾਂਗਰਸੀ ਹੈ ਕੌਣ। ਪਹਿਲੀ ਗੱਲ ਤਾਂ ਜੀ, ਲੋਕਤੰਤਰ 'ਚ ਨਾ ਸਵਾਲ ਹੁੰਦੇ ਆ ਸਰਕਾਰ ਨੂੰ, ਜਦੋਂ ਸਰਕਾਰ ਦੀ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ MLA ਕੁੰਵਰ ਵਿਜੇ ਪ੍ਰਤਾਪ, ਕੁੰਵਰ ਵਿਜੇ ਪ੍ਰਤਾਪ ਜੀ ਨੇ ਕਿੰਨੀ ਦਫ਼ਾ ਆਪਦੀ ਸਰਕਾਰ ਨੂੰ ਕਟਕਰੇ 'ਚ ਖੜਾ ਕੀਤਾ, ਸਰਕਾਰ ਨੂੰ ਐਕਸਪੋਜ਼ ਕੀਤਾ, ਔਨ ਦਾ ਫਲੋਰ ਆਫ ਦਾ ਹਾਊਸ ਵਿਧਾਨ ਸਭਾ ਦੇ ਵਿੱਚ ਵੀ ਸਵਾਲ ਕੀਤੇ ਅਤੇ ਐਕਸਪੋਜ਼ ਕੀਤਾ, ਚਰਚਾ ਦੀ ਮੰਗ ਕੀਤੀ ਸੀਗੀ ਬੇਅਦਬੀ ਮਾਮਲੇ 'ਤੇ, ਚਰਚਾ ਨਹੀਂ ਇਹਨਾਂ ਤੋਂ ਕਰਾਈ ਗਈ। ਸੋ ਇਹਨਾਂ ਦੇ ਜਿਹੜੇ MLA ਹੈ ਉਹ ਇਹਨਾਂ ਨੂੰ ਐਕਸਪੋਜ਼ ਕਰ ਰਹੇ ਹੈ, ਇਹਨਾਂ ਦੇ ਜਿਹੜੇ ਫਾਊਂਡਰ ਸੀ ਪ੍ਰਸ਼ਾਂਤ ਭੂਸ਼ਣ ਤੋਂ ਲੈ ਕੇ ਯੋਗੇਂਦਰ ਯਾਦਵ ਜੀ ਤੋਂ ਲੈ ਕੇ ਛੋਟੇਪੁਰ ਸਾਹਿਬ ਤੋਂ ਲੈ ਕੇ ਹੋਰ ਕਿੰਨੇ ਸਾਰੇ ਲੀਡਰਸ ਇਹਨਾਂ ਨੂੰ ਛੱਡ ਕੇ ਗਏ। ਇੱਥੋਂ ਪਤਾ ਲੱਗਦਾ ਡੰਡਾਤੰਤਰ ਹੈ, ਠੀਕ ਹੈ। ਸਾਡੇ ਇੱਥੇ ਲੋਕਤੰਤਰ ਹੈ, ਲੋਕਾਂ ਕੋਲ ਬੋਲਣ ਦੀ ਆਜ਼ਾਦੀ ਹੈਗੀ ਹੈ, ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈ। BJP ਜਿਹੜੀ ਨੋਨ ਡੈਮੋਕ੍ਰੈਟਿਕ ਅਲਾਇੰਸ ਦੇ ਫਾਊਂਡਰ ਹੈ ਅਡਵਾਨੀ ਸਾਹਿਬ, ਉਹਨਾਂ ਨੂੰ ਰਿਗਾਰਡ ਐਂਡ ਰਿਸਪੈਕਟ ਨਹੀਂ ਦੇ ਸਕੀ, ਆਪਦੇ ਐਲਾਈਜ਼ ਨੂੰ ਕੀ ਦਊਗੀ। ਤਾਂ ਹੀ ਕਰਕੇ ਅਰੁਣ ਨਾਰੰਗ ਜੀ ਵਰਗੇ MLA ਛੱਡ ਕੇ ਜਾਂਦੇ ਆ ਨਾ ਜੀ, ਤਾਂ ਹੀ ਕਰਕੇ ਹੋਰ ਵੱਡੇ ਵੱਡੇ ਲੀਡਰਸ ਭਾਰਤੀ ਜਨਤਾ ਪਾਰਟੀ ਦਾ ਸਾਥ ਛੱਡ ਕੇ ਜਾਂਦੇ ਆ, ਕਿਉਂਕਿ ਇਹ ਲੋਕਾਂ ਦਾ ਇੰਟਰਸਟ ਨਹੀਂ ਦੇਖਦੀ, ਇਹ ਆਪਦਾ ਆਪਦੀ ਪਾਰਟੀ ਦਾ ਇੰਟਰਸਟ ਦੇਖਦੀ ਹੈ। ਜਾਂਦੇ ਇੱਕ ਆਖਰੀ ਸਵਾਲ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਲੈ ਰਹੇ ਹਾਂ, ਪੂਰੇ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਪੰਜਾਬ ਬਚਾਓ ਯਾਤਰਾ ਕੀਤੀ ਜਾ ਰਹੀ ਹੈ, ਕਿਵੇਂ ਦੇਖਦੇ ਹੋ?
ਦੇਖੋ ਪੰਜਾਬ ਬਚਾਓ ਯਾਤਰਾ ਘੱਟ ਅਤੇ SAD ਬਚਾਓ ਯਾਤਰਾ ਜ਼ਿਆਦਾ ਲੱਗ ਰਹੀ ਹੈ, ਅਤੇ ਉਹਨੂੰ ਯਾਤਰਾ ਨਾ ਕਹੀਏ ਕਿਉਂਕਿ ਉਹ ਤਾਂ ਓਪਨ ਜੀਪ 'ਤੇ ਕੱਢੀ ਜਾ ਰਹੀ ਹੈ, ਯਾਤਰਾ ਤਾਂ ਪੈਦਲ ਹੁੰਦੀ ਹੈ ਜਿਵੇਂ ਅਸੀਂ ਕੱਢ ਰਹੇ ਹਾਂ। ਸੋ BJP ਅਤੇ SAD ਦੀ ਕਾਤ ਹੈ ਕਾਪੀ ਪੇਸਟ ਕਰਨਾ, ਜੋ ਵੀ ਕਾਂਗਰਸ ਕਰਦੀ ਹੈ ਉਵੇਂ ਕਾਪੀ ਪੇਸਟ ਐਤ ਕੀ ਕਰ ਰਹੇ ਹੈ। ਪਹਿਲਾਂ BJP ਨੇ ਯਾਤਰਾ ਕਾਪੀ ਕੀਤੀ, ਕਹਿੰਦੇ ਅਸੀਂ 2014 ਦੀਆਂ ਜਿਹੜੀਆਂ ਸਕੀਮਾਂ ਹੈਗੀਆਂ ਉਹ ਲੋਕਾਂ ਤੱਕ ਪ੍ਰੋਪੋਗੇਟ ਕਰਨੀਆਂ। 10 ਸਾਲਾਂ ਬਾਅਦ ਯਾਦ ਆਇਆ ਇਹਨਾਂ ਨੂੰ ਵੀ ਉਹ ਸਕੀਮਾਂ ਲੋਕਾਂ ਤੱਕ ਲੈ ਕੇ ਜਾਣੀਆਂ ਸੀਗੀਆਂ। ਇਹ ਐਡਮਿਸ਼ਨ ਆਫ ਫੇਲੀਅਰ ਹੈ ਕਿ ਸਾਡੇ ਤੋਂ 10 ਸਾਲਾਂ ਦੇ ਵਿੱਚ ਹੋਇਆ ਹੀ ਕੁਛ ਨਹੀਂ ਲੋਕਾਂ ਲਈ। ਜਿਹੜੀਆਂ ਸਕੀਮਾਂ ਲੈ ਕੇ ਆਏ ਸੀਗੇ ਉਹ ਲਮਕਦੀਆਂ ਰਹਿ ਗਈਆਂ, ਲੋਕਾਂ ਤੱਕ ਪਹੁੰਚੇ ਨਹੀਂ, ਤਾਂ ਹੀ ਯਾਤਰਾ ਕੱਢਣੀ ਪਈ ਨਾ। ਉਹ ਸ਼੍ਰੋਮਣੀ ਅਕਾਲੀ ਦਲ, ਉਹ ਉਹਨਾਂ ਨੂੰ ਇਹ ਹੈ ਕਿ ਇਹ ਯਾਤਰਾ ਕੱਢ ਰਹੇ ਸੋ ਅਸੀਂ ਵੀ ਕੱਢਣੀ। ਉਹਨਾਂ ਨੂੰ ਇਹ ਗੱਲ ਪੁੱਛੋ ਕਿ ਇਹ ਜਿਹੜੀ ਯਾਤਰਾ ਹੈ ਇਹ ਅਸੀਂ ਤਾਂ ਭਾਰਤ ਜੋੜੋ ਯਾਤਰਾ ਵੀ ਕੱਢੀ ਸੀ ਇਹ ਤੋਂ ਪਹਿਲਾਂ, ਕਿ ਇਹ ਪੰਜਾਬ ਬਚਾਉਣਾ ਹੈ, ਇਹ ਇਹਨਾਂ ਨੂੰ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਹੀ ਕਿਉਂ ਯਾਦ ਆਉਂਦਾ? ਉਹ ਤੋਂ ਪਹਿਲਾਂ ਕਿਉਂ ਨਹੀਂ ਯਾਦ ਆਉਂਦਾ? ਮਰਸੀ ਪਟੀਸ਼ਨ ਦਾ ਇਸ਼ੂ ਹੈ, ਇਹ ਲੋਕ ਸਭਾ ਇਲੈਕਸ਼ਨ ਵਾਲੇ ਕਿਉਂ ਯਾਦ ਆਉਂਦਾ? ਪਹਿਲਾਂ ਕਿਉਂ ਨਹੀਂ ਆਉਂਦਾ? ਜਦੋਂ ਹਾਸ਼ੀਏ 'ਤੇ ਆ ਜਾਂਦੇ ਹੈ ਉਦੋਂ ਇਹਨਾਂ ਨੂੰ ਮੁੱਦੇ ਯਾਦ ਆ ਜਾਂਦੇ ਹੈ। ਜਦੋਂ ਪਾਵਰ 'ਚ ਬੈਠੇ ਸੀਗੇ BJP ਦੇ ਨਾਲ, ਨਾ ਤਾਂ ਕੋਈ ਮੁੱਦਾ ਯਾਦ ਆਇਆ, ਨਾ ਕੋਈ ਮੁੱਦਾ ਰਿਜ਼ੋਲਵ ਕਰਵਾਇਆ, ਅਤੇ ਸਿਰਫ ਔਰ ਸਿਰਫ ਪਾਵਰ ਦਾ ਜਿਹੜਾ ਆਨੰਦ ਸ਼੍ਰੋਮਣੀ ਅਕਾਲੀ ਦਲ ਨੇ ਮਾਣਿਆ। ਸੋ ਦੇਅਰ ਫੋਰ ਲੋਕ ਦੇਖਦੇ ਆ, ਸਮਝਦੇ ਹੈ, ਅਤੇ ਲੋਕ ਇਹਨਾਂ ਨੂੰ ਜਵਾਬ ਦੇਣਗੇ। ਬਹੁਤ ਧੰਨਵਾਦ। ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਅਰਸ਼ਪ੍ਰੀਤ ਖੇੜਾ, ਜਿਨ੍ਹਾਂ ਨੇ ਅੱਜ ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ, ਅਤੇ ਨਾਲੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲੈ ਕੇ ਜਿਹੜਾ ਹੈ ਜੋ ਝਾੜ ਝੰਪ ਉੱਥੇ ਪ੍ਰੈਜ਼ਾਈਡਿੰਗ ਆਫਿਸਰ ਦੀ ਹੋਈ ਆ ਉਸ ਨੂੰ ਲੈ ਕੇ ਵੀ ਸਵਾਲ ਚੁੱਕੇ। ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਕਿਸੇ ਖਾਸ ਸ਼ਖਸੀਅਤ ਦੇ ਨਾਲ, ਕਰਾਂਗੇ ਪੰਜਾਬ ਦੇ ਮੁੱਦਿਆਂ 'ਤੇ ਗੱਲਬਾਤ। ਆ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ, ਕੈਮਰਾਮੈਨ ਦਲਜੀਤ ਦੇ ਨਾਲ ਵਿਵੇਕ ਕੁਮਾਰ, ਚੰਡੀਗੜ੍ਹ।